ਅਸੀਂ ਧੰਨਵਾਦ ਕਰਦੇ ਹਾਂ ਸਰਕਾਰ ਦਾ ਜੋ ਉਹਨਾਂ ਨੇ ਇਹ 80% ਕੀਤਾ ਹੈ। ਹੁਣ ਤੱਕ ਜੋ DAP ਹੈ ਉਹ ਸਾਡੇ ਲਵੇ ਹਲੇ ਪੂਰਾ ਮਹੱਈਆ ਨਹੀਂ ਹੋਇਆ ਹੈਗਾ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਹਫ਼ਤੇ 10 ਦਿਨਾਂ ਦੇ ਵਿੱਚ ਹੈ ਜੋ ਕਣਕ ਦੀ ਬਿਜਾਈ ਹੋਣੀ ਸ਼ੁਰੂ ਹੋ ਜਾਣੀ ਹੈ। ਸੋ ਸਾਨੂੰ ਮੰਗ ਹੈ ਪਹਿਲੀ ਤਾਂ ਵੀ ਇਹ ਜੋ ਇਹਨਾਂ ਨੇ 80% ਕੀਤਾ ਉਹ 80 ਦਾ 80 ਸਾਡੀ ਸੁਸਾਇਟੀਆਂ ਵਿੱਚ ਪੂਰਾ ਕੀਤਾ ਜਾਵੇ। ਦੂਜੀ ਗੱਲ ਹੈ ਜੀ, ਜੋ ਇਹ ਦੂਜੀਆਂ ਕੰਪਨੀਆਂ ਨੇ IPL ਆ ਗਈ ਜਾਂ ਆਪਣੀ ਟਾਟਾ ਵਾਲਿਆਂ ਦੀ ਆਉਂਦੀਆਂ ਨੇ, ਇਹ ਸਾਰੀਆਂ ਦਾ ਜਿੰਨੀਆਂ ਵੀ ਕੰਪਨੀਆਂ ਨੇ ਇਹ ਸਾਨੂੰ ਨਾ 80 ਦਾ 80% ਸਾਡੀਆਂ ਸੁਸਾਇਟੀਆਂ ਵਿੱਚ ਆਉਣਾ ਚਾਹੀਦਾ, ਨਾ ਕਿ ਇਕੱਲਾ 2 ਕੰਪਨੀਆਂ ਦਾ ਜਿਵੇਂ ਇਫਕੋ ਦਾ ਆਉਂਦਾ ਹੈ ਜਾਂ ਕਿਸਾਨ ਦਾ ਆਉਂਦਾ ਹੈ। ਪਰ ਸਾਨੂੰ ਇਹ ਮੰਗ ਹੈ ਨਾ ਵੱਡੀ, ਪ੍ਰੋਪਰ ਸਾਡੀ ਮੰਗ ਹੈ ਵੀ ਜੋ ਇਹ DAP ਹੈ ਸਾਨੂੰ ਸਾਰੀਆਂ ਹੀ ਕੰਪਨੀਆਂ ਦਾ ਸਾਡੀਆਂ ਸੁਸਾਇਟੀਆਂ ਵਿੱਚ 80% ਪੂਰਾ ਚਾਹੀਦਾ। ਅਤੇ ਦੂਜੀ ਗੱਲ ਹੈ, ਇੱਕ ਇਫਕੋ ਕੰਪਨੀ ਹੈ ਜੋ ਇਹ ਨਾ ਇੱਕ ਸੁਸਾਇਟੀ ਦੇ ਵਿੱਚ ਵੀ ਕਿਸਾਨ ਨੂੰ ਇੱਕ ਨੈਨੋ ਯੂਰੀਆ ਦੇ ਰਹੇ ਨੇ, ਅਸੀਂ ਉਹਦਾ ਵੀ ਪੂਰਨ ਤੌਰ 'ਤੇ ਵਿਰੋਧ ਕਰਦੇ ਹਾਂ, ਕਿਉਂਕਿ ਸਾਨੂੰ ਧੱਕੇ ਨਾਲ ਨਾ ਇਹ ਥੋਪਿਆ ਜਾਵੇ ਜਾਂ ਇਸ ਦਾ ਕੋਈ ਟ੍ਰਾਇਲ ਵਗੈਰਾ ਲਗਾਏ ਜਾਣ ਤਾਂ ਜੋ ਕਿਸਾਨਾਂ ਨੂੰ ਸਮਝਾਇਆ ਜਾ ਸਕੇ ਤਾਂ ਜਾ ਕੇ ਪ੍ਰੋਪਰ ਤਰੀਕੇ ਨਾਲ ਇਹ ਇਸ ਦੀ ਵਰਤੋਂ ਕਰ ਸਕਣ। ਪਰ ਇਹ ਸਾਡੇ ਨਾਲ ਧੱਕੇ ਨਾਲ ਥੋਪ ਰਹੇ ਨੇ ਲੋਕਾਂ ਕਿਸਾਨਾਂ ਦੇ ਉੱਤੇ, ਸਾਨੂੰ ਇਹ ਜੋ ਬਿਲਕੁਲ ਮਨਜ਼ੂਰ ਨਹੀਂ ਹੈਗਾ। ਇਹ ਜਿਹੜਾ ਰੇਸ਼ੋ ਕਰੀ ਹੈ 80-20 ਦੀ, ਇਹ ਬਹੁਤ ਵਧੀਆ ਕੀਤੀ ਹੈ, ਕਿਉਂਕਿ ਸਟੇਟੀਆਂ ਦੇ ਵਿੱਚ ਜਿੰਨਾ ਵੱਧ DAP ਜਾਂ ਯੂਰੀਆ ਆਉਣਾ, ਕਿਸਾਨਾਂ ਦਾ ਜਿਹੜਾ ਲੈਣ ਦੇਣ ਹੈ ਉਹ ਸਟੇਟੀਆਂ ਦੇ ਨਾਲ ਵਧਣਾ, ਅਤੇ ਜਿਹੜੀ ਕਮਾਈ ਹੈ ਉਹ ਸਟੇਟੀਆਂ ਨੂੰ ਹੋਣੀ ਹੈ, ਉੱਥੇ ਹੋਰ ਵੀ ਮੁਲਾਜ਼ਮ ਰੱਖੇ ਜਾਣੇ ਹੈ, ਬਾਕੀ ਉਹਨਾਂ ਨੂੰ ਪੂਰਾ ਜਿਹੜਾ ਖਾਦ ਦੀ ਕੋਈ ਸਮੱਸਿਆ ਨਹੀਂ ਆਉਣੀ, ਕੋਈ ਰੇਟ ਵੱਧ ਘੱਟ ਨਹੀਂ ਲੱਗਦਾ, ਕੋਈ ਵੀ ਬੇਲੋੜੀਆਂ ਚੀਜ਼ਾਂ ਜਿਹੜੀਆਂ ਦੁਕਾਨਦਾਰਾਂ ਵੱਲੋਂ ਲਾਈਆਂ ਜਾਂਦੀਆਂ ਨੇ, ਜਿਹੜੀ 100-100 ਰੁਪਏ ਦੀ ਚੀਜ਼ ਆ ਉਹ 500-500 'ਚ ਲਾਈ ਜਾਂਦੀ ਆ, ਉਹ ਵੀ ਬੇਲੋੜੀ ਜਿਹਦੀ ਕੋਈ ਲੋੜ ਨਹੀਂ ਹੈ ਕਿਸਾਨ ਨੂੰ। ਅਸੀਂ ਇਹਦੇ ਇਹ ਫੈਸਲੇ ਤੋਂ, ਸਰਕਾਰ ਤੋਂ ਖੁਸ਼ ਹਾਂ। ਟੋਟਲ 65,000 ਟਨ ਮਾਲ ਦੀ ਸੰਗਰੂਰ ਬਰਨਾਲਾ ਕੰਜਮਪਸ਼ਨ ਹੈ ਜੀ। 15% ਮਾਲ ਹੁਣ ਤੱਕ ਸੰਗਰੂਰ ਬਰਨਾਲਾ ਡਿਸਟ੍ਰਿਕਟ 'ਚ ਆ ਚੁੱਕਿਆ, ਹਜੇ ਕਾਫੀ ਗੈਪ ਹੈ। ਪਰ ਕੋਸ਼ਿਸ਼, ਮੁੱਖ ਮੰਤਰੀ ਸਾਹਿਬ ਦਾ ਬਿਆਨ ਵੀ ਆਇਆ ਸੀਗਾ ਵੀ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ। ਦਿੱਕਤ ਇਹ ਹੈ ਜੀ, ਜਿਹੜਾ ਪੰਜਾਬ ਦਾ ਡਾਟਾ ਹੈ, ਪਹਿਲਾਂ 40-50% ਮਾਲ ਕੋਰਪੋਰੇਟ ਸੈਕਟਰ ਵਿਕਦਾ ਜੀ, 50% ਹੀ ਪ੍ਰਾਈਵੇਟ ਸੈਕਟਰ 'ਚ ਵਿਕਦਾ, ਜਿਹੜੇ ਕਿ ਉਹ ਮੈਂਬਰ ਸਾਹਿਬਾਨ ਖਰੀਦਦੇ ਆ। ਜੋ ਉਹਨਾਂ ਨੇ 80% ਕੋਰਪੋਰੇਟ ਸੈਕਟਰ ਦਾ ਕੀਤਾ, 20% ਪ੍ਰਾਈਵੇਟ ਸੈਕਟਰ ਦਾ ਕੀਤਾ, 20% ਕਰਨ ਨਾਲ ਦੁਕਾਨਦਾਰ ਬਹੁਤ ਪਰੇਸ਼ਾਨ ਹੈ। ਜਾਂ ਤਾਂ ਸਾਡੇ ਹੱਥ ਬੰਨ ਕੇ ਬੇਨਤੀ ਗੌਰਮੈਂਟ ਨੂੰ ਇਹੀ ਹੋਇਆ ਵੀ ਜਾਂ ਤਾਂ 100% ਕੋਰਪੋਰੇਟ ਸੈਕਟਰ ਨੂੰ ਕਰ ਦਿਓ, ਤਾਂ ਕਿ ਜਿਹੜੇ ਪ੍ਰਾਈਵੇਟ ਡੀਲਰ ਹੈ ਉਹ ਆਪਦਾ ਕਿਸੇ ਹੋਰ ਕਾਰੋਬਾਰ ਬੰਨੀ ਹੋ ਜਾਣ, ਕਿਉਂ ਦੁਕਾਨਾਂ ਬੰਦ ਹੋਣ ਦੇ ਕਿਨਾਰੇ ਆਈਆਂ ਪਈਆਂ। ਉਹਨਾਂ ਕੋਲ ਦੇਣ ਨੂੰ ਹੈ ਨਹੀਂ ਖਾਦ, ਅਤੇ ਜ਼ਿਮੀਂਦਾਰ ਉਹਨਾਂ ਕੋਲ ਲੈਣ ਕੀ ਜਾਊਗਾ। ਆਹ ਸਾਡੀ ਹੱਥ ਬੰਨ ਕੇ ਬੇਨਤੀ ਹੈ ਗੌਰਮੈਂਟ, ਜਾਂ 50-50% ਕੀਤਾ ਜਾਵੇ ਇਹ ਕੋਰਪੋਰੇਟ ਸੈਕਟਰ ਅਤੇ ਪ੍ਰਾਈਵੇਟ ਸੈਕਟਰ। ਅੱਜ ਦੀ ਹਾਲਾਤ ਮੁਤਾਬਕ ਦੇਖਦੇ ਹਾਂ ਅਸੀਂ ਵੀ 80% ਦਾ ਫਾਰਮਰ ਸੋਸਾਇਟੀ ਦੇ ਮੈਂਬਰ ਹੀ ਹੈ ਨਹੀਂ, ਇਹ ਮਾਰਕਫੈਡ ਦੇ ਪ੍ਰੈਸ਼ਰ 'ਚ ਆ ਕੇ ਗੌਰਮੈਂਟ ਨੇ ਕੀਤਾ ਵੀ 80% ਕਰ ਦਈਏ। ਵੀ ਜਿਹੜੀਆਂ ਕੰਪਨੀ ਦਾ ਹੁੰਦਾ, ਕੰਪਨੀਆਂ ਨੂੰ 365 ਦਿਨ ਮਾਲ ਸਪਲਾਈ ਕਰਨਾ ਪੈਂਦਾ, ਵਿੱਚ ਸੀਜ਼ਨ ਵੀ ਆਉਂਦਾ, ਵਿੱਚ ਆਫ ਸੀਜ਼ਨ ਵੀ ਆਉਂਦਾ। ਜਦੋਂ ਤੁਸੀਂ ਸੀਜ਼ਨ 'ਚ ਆ ਕੇ ਕਿਸੇ ਦੁਕਾਨਦਾਰ ਨੂੰ ਕੋਪਰੇਟ ਨਹੀਂ ਕਰ ਸਕੇ, ਮਾਲ ਨਹੀਂ ਦੇ ਸਕੇ, ਤਾਂ ਆਫ ਸੀਜ਼ਨ 'ਚ ਕਿਵੇਂ ਉਹ ਦੁਕਾਨਦਾਰ ਕੰਪਨੀ ਨੂੰ ਕੋਪਰੇਟ ਕਰੂਗਾ। ਇਸ ਗੱਲ ਕਰਕੇ ਜਿਹੜਾ ਤਾਂ ਸੋਸਾਇਟੀਆਂ ਦਾ ਇਹ ਲੈ ਕੇ ਆਫ ਸੀਜ਼ਨ 'ਚ ਨਹੀਂ ਲੈਂਦੇ, ਚਲੋ ਸ਼ੋਰਟੇਜ ਚੱਲਦੀ ਹੈ ਤਾਂ ਕਰਕੇ ਲਈ ਜਾਂਦੇ, ਅਦਰਵਾਈਜ਼ ਕੰਪਨੀ ਨੂੰ ਪਰੇਸ਼ਾਨੀ ਆ ਰਹੀ ਹੈ ਆਪਦਾ ਬਿਜ਼ਨਸ ਚਲਾਉਣ ਲਈ।